ਬੀਜੇਪੀ ਪ੍ਰੈਜ਼ੀਡੈਂਟ ਜੇਪੀ ਨੱਡਾ ਰੀਕਾਲਸ 1984 ਐਂਡ ਟਾਈ ਸਿੱਖ ਰੌਇਟਸ ਸੇਜ਼ ਕਾਂਗਰਸ ਇਸ ਐਮਪਾਰਕਿੰਗ ਔਨ ਨਿਆਈ ਯਾਤਰਾ ਆਫਟਰ ਪਰਮਿਟੇਟਿੰਗ ਨਿਆਏ ਕਿ ਜੀ ਉਹ ਹੁਣ ਨਿਆਈ ਯਾਤਰਾ ਤੇ ਨਿਕਲੇ ਨਹੀਂ ਤਾਂ ਖੁਦ ਨੇ ਆਏ ਕੀਤਾ ਦੇਖੋ ਨਵੰਬਰ 84 ਸਿੱਖਾਂ ਦੇ ਨਾਲ ਕੀ ਹੋਇਆ ਨਵੰਬਰ 84 ਦੇ ਸਿੱਖ ਕਤਲੇਆਮ ਸਿੱਖ ਨਸਲ ਕੁਸ਼ੀ ਨੂੰ ਤੁਹਾਡੇ ਉਸ ਆਈਡੀਆਲੋਗ ਨੇ ਨਾਨਾ ਜੀ ਦੇਸ਼ਮੁਖ ਨੇ ਕਿਵੇਂ ਜਸਟੀਫਾਈ ਕੀਤਾ ਸੀ ਜਿਹਨੂੰ ਤੁਸੀਂ ਭਾਰਤ ਰਤਨ ਦਿੱਤਾ ਜੀ ਉਹਨੇ ਕਿਹਾ ਸੀ ਸਿੱਖਾਂ ਨੂੰ ਇਹ ਜ਼ਰੂਰੀ ਸੀ ਸਭ ਨੂੰ ਸਿਖਾਣਾ ਇਹ ਬੜੇ ਪੁੱਤਰੇ ਹੋਏ ਸੀ ਔਰ ਸਿੱਖਾਂ ਨੂੰ ਆਰਾਮ ਨਾਲ ਇਹਨੂੰ ਐਕਸੈਪਟ ਕਰਨਾ ਚਾਹੀਦਾ ਨਿਤਨ ਗੜਕਰੀਜ਼ ਵਿਜ਼ਨ ਫਾਰ ਪੰਜਾਬ ਟਰੈਵਲ ਫਰੋਮ ਲੁਧਿਆਣਾ ਟੂ ਰੋਪੜ ਇਨ 1 ਆਵਰ ਡਰੋਨਸ ਫਾਰ ਫਾਰਮਰਸ ਸਟੇਟ ਟੂ ਬੀ ਹੱਬ ਆਫ ਹਾਈਡਰੋਜਨ ਲੇਜ਼ ਦਾ ਫਾਊਂਡੇਸ਼ਨ ਸਟੋਨਸ ਫਾਰ 29 ਹਾਈਵੇ ਪ੍ਰੋਜੈਕਟਸ ਵਰਤ ਰੁਪੀਏ 4000 ਕਰੋੜ ਇੱਕ ਪਾਸੇ ਉਹਨਾਂ ਨੇ ਜਿਹੜਾ ਉਹ ਟੋਟਲ ਵਾਰ ਜਿਸ ਲੈਵਲ ਤੇ ਜਾ ਕੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਕਤਲੇਆਮ ਸਿੱਖਾਂ ਦਾ ਲਾਹੌਰ ਯੂਕੇ ਅਮਰੀਕਾ ਔਰ ਕੈਨੇਡਾ ਜਿਸ ਦੇ ਥੱਲੇ ਜਿਹੜਾ 5 5 ਕੰਟਰੀਜ਼ ਨੇ ਬਾਈ ਦਾ ਨੈਕ ਫੜਿਆ ਹੋਇਆ ਪਰ ਦੂਸਰੇ ਪਾਸੇ ਆਲ ਆਫ ਅ ਸਡਨ ਨਵੰਬਰ 84 ਹਾਈਵੇ ਸਿੱਖਾਂ ਦੀ ਤਾਰੀਫ਼ ਸਿੱਖ ਹੈ ਤਾਂ ਭਾਰਤ ਹੈ ਫੀਅਰਸ ਵੈਲਕਮ ਬੈਕ ਅਨ ਪ੍ਰੋਗਰਾਮ ਸੋ ਵੀਰਸ ਗੱਲਬਾਤ ਕਰਨ ਜਾ ਰਹੇ ਆ ਕਿ ਆਰਐਸਐਸ ਇਸ ਵਿਲੇ ਸਿੱਖਾਂ ਨੂੰ ਮੋਡਲ ਬਣਾਉਣ ਦੇ ਚੱਕਰ ਵਿੱਚ ਹੈ ਔਰ ਬੀਜਪੀ ਦੇ ਪ੍ਰਧਾਨ ਨੱਡਾ ਵੱਲੋਂ ਕਾਂਗਰਸ ਨੂੰ ਨਵੰਬਰ 84 ਸਿਕਸ ਨਸਲ ਕੁਸ਼ਲੀ ਜਿੰਮੇਵਾਰ ਦੱਸਿਆ ਜਾ ਰਿਹਾ ਔਰ ਦੂਸਰੇ ਪਾਸੇ ਕੇਂਦਰੀ ਵਜੀਰ ਗੜਕਰੀ ਵੱਲੂ ਪੰਜਾਬ ਵਿੱਚ ਕਈ ਮੇਜਰ ਹਾਈਵੇਜ਼ ਦਾ ਉਦਕਾਟਨ ਕੀਤਾ ਜਾ ਰਿਹਾ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਸਿਚਾਵਾਂਗੇ ਕਿ ਤੁਸੀਂ ਅਨ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨੇ ਲਿਖਣੇ ਤੁਹਾਡਾ ਸਭ ਤੋਂ ਬਹੁਤ ਬਹੁਤ ਸ਼ੁਕਰੀਆ ਜੀਰਾ ਸਾਹਿਬ ਕੀ ਵਿਚਾਰਾਂ ਨੇ ਦੇਖੋ ਜਦੋਂ ਡਾਕਟਰ ਹੈਡਗਵੇਅਰ ਜਾਂ ਮਦਰ ਮੋਨ ਮਾਲਵੀਆ ਜਾਂ ਸਾ ਵਰਕਰ ਉਸ ਤੋਂ ਬਾਅਦ ਗੋਲਵਲਕਰ ਜਿਹੜੇ 20ਵੀਂ ਸਦੀ ਦੀ ਬਿਗਨਿੰਗ ਚ ਹਿੰਦੂਤਵਾ ਵਿਚਾਰਤਾਰਾ ਦੇ ਫਾਊਂਡਰਸ ਦੇ ਤੌਰ ਤੇ ਉਹ ਆਰਐਸਐਸ ਹੋਏ ਉਹ ਹਿੰਦੂ ਮਹਾਸਭਾ ਹੋਏ ਜਾਂ ਉਸ ਤੋਂ ਪਹਿਲਾਂ ਲਾਲਾ ਲਾਜਪਤਰਾਏ ਵਰਗੇ ਲੋਕ ਜਿਹੜੇ ਕਾਂਗਰਸ ਦੇ ਹੈਡਿੰਗ ਥੱਲੇ ਕੰਮ ਕਰਦੇ ਸੀ ਪਰ ਹਿੰਦੂਤਵੀ ਵਿਚਾਰਤਾਰਾ ਨੂੰ ਜਿਨ੍ਹਾਂ ਨੇ ਪ੍ਰਮੋਟ ਕੀਤਾ ਹਮੇਸ਼ਾ ਉਹਨਾਂ ਦਾ ਇਹ ਯਤਨ ਸੀ ਲਾਜਪਤਰਾਏ ਤਾਂ ਡਿਫਰੈਂਟ ਕੈਡਰ ਸੀ ਉਹ ਤਾਂ ਆਰੀਆ ਸਮਾਜੀ ਸੀ ਪੱਕਾ ਦੇ ਆਨੰਦ ਉਹ ਤਾਂ ਸਿੱਖਾਂ ਨੂੰ ਹਰਟ ਕਰਕੇ ਸ਼ੁੱਧੀਕਰਨ ਕਰਕੇ ਵਾਪਸ ਹਿੰਦੂਆਂ ਚ ਲਿਆਉਣ ਦੀ ਲਾਈਨ ਸੀ ਲੇਕਿਨ ਦੂਸਰੇ ਪਾਸੇ ਮਦਨ ਮੋਨ ਮਾਰਵੀਆ ਜਾਂ ਗੋਲਵਲਕਰ ਜਾਂ ਹੈਡਗਵੇਅਰ ਔਰ ਜਿਹਨੂੰ ਅਜਮੋਨ ਪਾਕਵਤ ਤੱਕ ਜਿਹੜੀ ਕੰਟੀਨਿਉਟੀ ਹੈ ਇਹਨਾਂ ਦੀ ਇਹ ਸਿੱਖਾਂ ਨੂੰ ਹਮੇਸ਼ਾ ਡੈਥ ਕਿਸ ਨਾਲ ਮਾਰਨ ਦੀ ਲਾਈਨ ਇਹਨਾਂ ਦੀ ਰਹੀ ਕਿ ਜੀ ਸਿੱਖ ਤਾਂ ਹੈ ਹੀ ਹਿੰਦੂਆਂ ਦਾ ਹਿੱਸਾ ਨੇ ਔਰ ਇਹੀ ਕਾਰਨ ਹੈ ਸਾਡੇ ਕਈ ਅਜੇ ਵੀ ਕੋਟ ਕਰਨਗੇ ਜੀ ਦੇਖੋ ਉਦੋਂ ਮਦਰ ਮੋਨ ਮਾਲਵੀਆ ਨੇ ਕਿਹਾ ਸੀ ਕਿ ਹਰ ਹਿੰਦੂ ਪਰਿਵਾਰ ਆਪਣਾ ਇੱਕ ਮੁੰਡਾ ਸਿੱਖ ਬਣਾਏ ਦੇਖੋ ਕਿੰਨੀ ਸਿੱਖਾਂ ਦੇ ਨਾਲ ਨੇੜਤਾ ਔਰ ਦੇਖੋ ਪੱਛਮੀ ਪੰਜਾਬ ਜਾਂ ਫਲਾਣੇ ਜਿਹੜੇ ਨੇ ਉਹ ਸਿੱਖ ਬਣਾਉਂਦੇ ਸੀ ਫਿਰ ਉਹ ਕਿਆ ਕਿ ਨੇ ਇਸ ਲਈ ਕਿ 47 ਤੋਂ ਬਾਅਦ ਉਹਨਾਂ ਦੀ ਲੋੜ ਨਹੀਂ ਰਹੀ ਪਹਿਲਾਂ ਤਾਂ ਮੁਸਲਮਾਨਾਂ ਨਾਲ ਪੜਾਣ ਲਈ ਚਾਹੀਦੇ ਸੀ ਅੱਛਾ ਉਸ ਇੱਕ ਪਾਸੇ ਤਾਂ ਉਹ ਵਿਚਾਰਤਾਰ ਹੈ ਪਰ ਅਸੀਂ ਨਾਲ ਦੀ ਨਾਲ ਹੀ ਦੇਖਦੇ ਆ ਕਿ ਵੀ ਈਵਨ ਜਿਹੜੇ ਤਾਂ ਆਰੀਆ ਸਮਾਜੀ ਕਲਾਸ ਜਿਨੇ ਨਾ ਸਿਰਫ ਆਈਡੀਓਲੋਜੀਕਲੀ ਸਿੱਖਾਂ ਨੂੰ ਹਮੇਸ਼ਾ ਨਿਸ਼ਾਨੇ ਤੇ ਲਿਆ ਉਹ ਦਿਆਨੰਦ ਤੋਂ ਸ਼ੁਰੂ ਹੋ ਕੇ ਤੇ ਗੁਲਜਾਰੀ لال ਨੰਦੇ ਤੱਕ ਜਿਨੇ ਜਦੋਂ ਹੋਮ ਮਿਨਿਸਟਰ ਸੀ ਜਿਹਦੇ ਵੇਲੇ ਪੰਜਾਬ ਨੂੰ ਕੱਟ ਵੜ ਕੇ ਉਹਦੇ ਤਿੰਨ ਟੁਕੜੇ ਔਰ ਪੰਜਾਬੀ ਬੋਲਦੇ ਇਲਾਕੇ ਰਾਜਤਾਨੀ ਪਾਣੀ ਇਹ ਸਭ ਬਾਹਰ ਕੱਢੇਗੇ ਪੱਕਾ ਆਰੀਆ ਸਮਾਜੀ ਔਰ ਜਦੋਂ ਇਹ ਜਲੰਧਰ ਦੇ ਆਰਿਆ ਸਮਾਜੀ ਇਕੱਠੇ ਹੋ ਗਏ ਉਹਦੇ ਕੋਲ ਗਏ ਲਾਲਾ ਜਗਤ ਨਰੈਣ ਔਰ ਵਰਿੰਦਰ ਪ੍ਰਤਾਪ ਦਾ مالک ਜਾਂ ਯਸ਼ ਕਿ ਜੀ ਇਹ ਸਾਨੂੰ ਤੁਸੀਂ ਕਿਹਨਾਂ ਦੇ ਸਾਹਮਣੇ ਸੁੱਟ ਰਹੇ ਹੋ ਤੁਸੀਂ ਪੰਜਾਬੀ ਸੂਬਾ ਮੰਨ ਲਿਆ ਤੋ ਆਰਿਆ ਸਮਾਜੀ ਗੁਲਜ਼ਾਰੀ لال ਨੰਦਾ ਜਿਹੜਾ ਕੱਲਾ ਹੋਮ ਮਿਨਿਸਟਰ ਨਹੀਂ ਦੋ ਵਾਰ ਜਾਂ ਤਿੰਨ ਵਾਰ ਉਹ ਪ੍ਰਾਈਮ ਮਿਨਿਸਟਰ ਵੀ ਬਣਿਆ ਟੈਂਪਰੇਰੀਲੀ ਜਦੋਂ ਕਿ ਨਵਾਂ ਸ਼ਿਫਟ ਹੋ ਰਿਹਾ ਹੁੰਦਾ ਤੇ ਉਹਨਾਂ ਨੂੰ ਕਹਿੰਦਾ ਕਿ ਲਾਲਾ ਜੀ ਫਿਕਰ ਮਤ ਕਰੋ hame ne aisa lula langda punjabi subha denge ke ye chhod ke bhagege so unar aariya samajiyan di legacy oh paave media ch chale gaye hon prem partye verge jo tribune da editor in chief baneya jahan june 84 tak pahunchde han tuhanu oh class aariya samajiyan di milegi jinan ne hamesha advocacy kiti ke state power use karke sikhan nu ਸਨਾਬ ਕਰ ਦਿਓ ਪਰ ਇਹ ਆਰਐਸਐਸ ਜਾਂ ਇਹ ਹਿੰਦੂਤਵੀ ਵਾਲਿਆਂ ਦੀ ਹਮੇਸ਼ਾ ਰਹੀ ਕਿ ਜ਼ਰਾ ਤੌਰ ਦੇ ਉੱਤੇ ਤੁਸੀਂ ਦੋਸਤੀ ਦਾ ਪ੍ਰਗਟਾਵਾ ਕਰੋ ਪਰ ਵਿੱਚੋਂ ਤੁਸੀਂ ਇਹਨਾਂ ਦੇ ਕਾਡਰ ਨੂੰ ਜਿਹੜਾ ਹੈ ਉਹ ਆਪਣੇ ਵੱਲ ਖਿੱਚੋ ਔਰ ਪਿਛਲੇ ਦਿਨਾਂ ਚ ਇੱਕ ਇੰਟਰਵਿਊ ਮੈਂ ਕਿਸੇ ਦਾ ਦੇਖਿਆ ਉਹ ਸਤਪਾਲ ਮਲਕ ਜਿਹੜਾ ਗਵਰਨਰ ਰਿਹਾ ਹੈ ਉਹਦਾ ਐਡਵਾਈਜ਼ਰ ਵੀ ਸੀ ਕਿਸੇ بڑے जाट ਹਰਿਆਣੇ ਦਾ ਤੇ ਉਹਨੂੰ ਉਹ ਪੁੱਛ ਰਿਹਾ ਕਿ ਵੀ ਆਰਐਸਐਸ ਹੁਣ ਪੰਜਾਬ ਚ ਕੀ ਕਰੇਗਾ ਉਨੇ ਕਿਹਾ ਜੀ ਜੋ ਆਰਐਸਐਸ ਨੇ ਹਰਿਆਣੇ ਚ ਕੀਤਾ ਉਹ ਕਹਿੰਦਾ ਵੀ ਆਰਐਸਐਸ ਜਾਂ ਬੀਜੇਪੀ ਨੂੰ ਕਦੇ ਕੋਈ ਸੋਚ ਵੀ ਨਹੀਂ ਸੀ ਸਕਦਾ ਕਿ ਹਰਿਆਣਾ जाटਾਂ ਦੇ ਸੂਬੇ ਦੇ ਵਿੱਚ ਇਹ ਆ ਕੇ ਬੈਠ ਕੇ ਰਾਜ ਗੱਦੀ ਬੈਣਗੇ ਔਰ ਸਾਨੂੰ ਕੱਢ ਕੇ ਸਾਰੇ ਬਾਹਰ ਮਾਰਨਗੇ ਉਹਨੇ ਕਿਹਾ ਵੀ ਕੀਤਾ ਕੀ ਤੁਹਾਡੇ ਉਹਨਾਂ ਨੇ ਉਹਨੇ ਕਿਹਾ ਜੀ ਕਰਨਾ ਕੀ ਹੈ ਸਾਡੇ ਕਹਿੰਦੇ ਉਹ ਸੁੱਤੇ ਰਹਿੰਦੇ ਨੇ ਤੇ ਇਹਨਾਂ ਨੇ ਕਹਿੰਦੇ ਆਪਣਾ ਪਹਿਲਾਂ ਤਾਂ ਗਰਾਊਂਡ ਲੈਵਲ ਤੇ ਆਪਣੇ ਵਰਕਰ ਗਲੀਆਂ ਮੁਹੱਲਿਆਂ ਚ ਕਿ ਜੀ ਬੱਚਿਆਂ ਨੂੰ ਸੁਰੇ ਐਕਸਰਾਈਜ਼ ਲਈ ਖੜਾ ਕਰਨਾ ਹੈ ਲਜਾਣਾ ਹੈ ਫਿਰ ਉਹਨਾਂ ਨੂੰ ਖਾਕੀ ਨਿੱਕਰ ਫਿਰ ਨਾਲ ਲੈਣਾ ਉਹਨਾਂ ਨੇ ਕਿ ਆਪਣੇ ਪਿਤਾ ਨੂੰ ਵੀ ਲਿਆ ਉਹਨੂੰ ਵੀ ਇੱਕ ਖਾਕੀ ਪੈਂਟ ਦੇ ਦਿੱਤੀ ਨਾਲੇ ਐਕਸਰਾਈਜ਼ ਮਾਪੇ ਉਹਨੂੰ ਵੀ ਲੱਗਦਾ ਸੀ ਦੂਜਾ ਔਰ ਹੌਲੀ ਉਹ ਕਹਿੰਦੇ ਸਾਡੀ ਤਾਂ ਅੱਖਾਂ ਉਦੋਂ ਖੁੱਲੀਆਂ ਜਦੋਂ ਰੋहतक ਦੇ ਵਿੱਚ ਇੱਕ ਉਹਨਾਂ ਨੇ ਆਰਐਸਐਸ ਨੇ ਗੁਰੂ ਦੀ ਗੁਰੂ ਦਕਸ਼ਣਾ ਦਿਵਸ ਰੱਖਿਆ ਤੇ ਸਾਰਾ ਰੋहतक ਹੀ ਖਾਕੀ ਹੋਇਆ ਹੋਇਆ ਸੀ ਵੀ ਇੰਨੀ ਵੱਡੀ ਗਿਣਤੀ ਹੁਣ ਉਹ ਕਹਿੰਦੇ ਵੀ ਆ ਕੇ ਬਹਿ ਗਏ ਫਿਰ ਉਹਨੇ ਕਿਹਾ ਵੀ ਉਹਨਾਂ ਦਾ ਤਰੀਕਾ ਜਿਵੇਂ ਕਹਿੰਦਾ ਜੀ ਉਹਨਾਂ ਦੇ ਹਜ਼ਾਰਾਂ ਇਸ ਕਿਸਮ ਦੇ ਵਰਕਰ ਨੇ ਉਹ ਆ ਕੇ ਤੁਹਾਡੇ ਇਹ ਸਾਨੂੰ ਵੀ ਕਹਿਣਗੇ ਜੀ ਅੱਜ ਭੋਜਨ ਆਪਕੇ ਘਰ ਕਰਨਾ ਹੈ ਹੈ ਨਹੀਂ ਹੁਣ ਜੇ ਕੋਈ ਕਹੇ ਪੰਜਾਬ ਹਰਿਆਣਾ ਇਸ ਕਿਸਮ ਦੀਆ ਹੌਸਪਿਟੇਬਲ ਲੋਕ ਨੇ ਉਹਨੇ ਕਿਹਾ ਜੀ ਉਹਨਾਂ ਨੇ ਕਿਹਾ ਜੀ ਆਜੋ ਅੱਛਾ ਉੱਥੇ ਉਹਨੇ ਜਾ ਕੇ ਗੱਲ ਕਰਨੀ ਦੇਸ਼ ਕੁਸ਼ਵਾਰੀ ਮੋٹے ਦੇਸ਼ ਦਾ ਤੜਕਾ ਲਾਣਾ ਪਰ ਹੋਰ ਉਹਨਾਂ ਦੀ ਆਵਾਜ਼ ਕਹਿੰਦੇ ਇੰਨੀ ਮਿੱਠੀ ਔਰ ਇੰਨੀ ਉਹਨਾਂ ਦੀ ਬੋਲੀ ਹੂੰ ਟ੍ਰੈਂਡ ਨੇ ਕਿ ਹੌਲੀ ਹੌਲੀ ਉਹਨਾਂ ਨੇ ਸਬੰਧ ਬਣਾ ਲੈਣਾ ਫਿਰ ਉਹਨਾਂ ਨੂੰ ਵੀ ਲੱਗਣ ਲੱਗ ਜਾਣਾ ਕਿ ਵੀ ਸਾਡੇ ਬੱਚੇ ਬਜਾਇਆ ਕਿ ਖੱਬੇ ਸੱਜੇ ਜਾਣ ਇਹ ਜੇ ਕਰਵਾਉਂਦੇ ਹੀ ਨੇ ਐਕਸਰਸਾਈਜ਼ ਵੀ ਕਰਵਾਉਂਦੇ ਨੇ ਇਹ ਦੂਸਰਾ ਵੀ ਕਰਵਾਉਂਦੇ ਨੇ ਸੋ ਉਹ ਕਹੇ ਜੀ ਇਹ ਇਹਨਾਂ ਦਾ ਤੌਰ ਤਰੀਕਾ ਹੈ ਔਰ ਪੰਜਾਬ ਦੇ ਵਿੱਚ ਉਹਨਾਂ ਨੇ ਕਿਹਾ ਵੀ ਕਿਉਂਕਿ ਸਿੱਖ ਧਰਮ ਦਾ ਬੇਸਿਕ ਡਿਫਰੈਂਸ ਹੈ ਹਿੰਦੂਆਂ ਦੇ ਥਾਟ ਦੇ ਨਾਲ ਇਸ ਲਈ ਅਜੇ ਤੱਕ ਇਹਨਾਂ ਦਾ ਇਹ ਚੱਲਿਆ ਨਹੀਂ ਹੈ ਕੰਮ ਪਰ ਇਹ ਹਟੇ ਨਹੀਂ ਨੇ ਆਉਣ ਵਾਲੇ ਪਾਰਲੀਮੈਂਟ ਜੋਣਾ ਦੇ ਇਕੱਲੇ ਹੀ ਹਵਾਲੇ ਨਾਲ ਨਹੀਂ ਓਵਰ ਆਲ ਉਹ ਸਮਝਦੇ ਨੇ ਵੀ ਸਿੱਖਾਂ ਦੇ ਨੂੰ ਕਿਵੇਂ ਕਾਬੂ ਕਰਨਾ ਔਰ ਜੇ ਅਸੀਂ ਧਿਆਨ ਨਾਲ ਦੇਖੀਏ ਤੇ ਆਲਮੋਸਟ ਸਾਡਾ ਇੱਕ ਵੱਡਾ ਹਿੱਸਾ ਹਜ਼ੂਰ ਸਾਹਿਬ ਕਮੇਟੀ ਉਹਨਾਂ ਦੇ ਕੋਲ ਹੈ ਬਿਲਕੁਲ ਪਟਨਾ ਸਾਹਿਬ ਕਮੇਟੀ ਉਹਨਾਂ ਦੇ ਕੋਲ ਹੈ ਦਿੱਲੀ ਕਮੇਟੀ ਉਹਨਾਂ ਦੇ ਕੋਲ ਹੈ ਹਰਿਆਣਾ ਕਮੇਟੀ ਉਹਨਾਂ ਦੇ ਕੋਲ ਹੈ ਤੇ ਜਿਹੜੀ ਸ਼ਰੋਣੀ ਕਮੇਟੀ ਨੂੰ ਲੱਗਦਾ ਹੈ ਬਾਦਲ ਤੇ ਧਾਮੀ ਤੇ ਫਲਾਣੇ ਦੇ ਠਮਕੇ ਆਲਮੋਸਟ ਲੈਦੇ ਕਿ ਉਹੀ ਖੇਡ ਖੇਡ ਰਹੇ ਨੇ ਨਹੀਂ ਇੰਡਾਇਰੈਕਟ ਹੈ ਇਹਨੂੰ ਡਾਇਰੈਕਟ ਵੀ ਉਹਨਾਂ ਦੇ ਥੱਲੇ ਜਾ ਸਕਦੀ ਹੈ ਹੁਣ ਇਹ ਸਾਰੇ ਦੇ ਚੱਲਦੇ ਆ ਆਲ ਆਫ ਅ ਸਡਨ ਹੁਣ ਇੱਕ ਪਾਸੇ ਤਾਂ ਜਦੋਂ ਰਾਹੁਲ ਗਾਂਧੀ ਜਾਂ ਕਾਂਗਰਸ ਆਰਐਸਐਸ ਤੇ ਇਲਜ਼ਾਮ ਲਾਉਂਦੀ ਹੈ ਕਿ ਜੀ ਤੁਸੀਂ ਇਹ ਕਰ ਰਹੇ ਹੋ ਤੇ ਉਹਨਾਂ ਨੂੰ ਇਕਜ਼ਾਮ ਨਵੰਬਰ 84 ਯਾਦ ਆ ਜਾਂਦਾ ਹੁਣ ਅੱਜ ਮੈਂ ਇਸ ਸਟੇਟਮੈਂਟ ਦੇਖ ਰਿਹਾ ਸੀ ਬੀਜੇਪੀ ਦਾ ਪ੍ਰੈਜ਼ੀਡੈਂਟ ਜੇਪੀ ਨੱਡਾ ਗੋਹਾਟੀ ਚ ਆਸਾਮ ਦੇ ਵਿੱਚ ਔਰ ਉੱਥੇ ਕਹਿ ਰਿਹਾ ਬੀਜੇਪੀ ਪ੍ਰੈਜ਼ੀਡੈਂਟ ਜੇਪੀ ਨੱਡਾ ਰੀਕਾਲਸ 1984 ਐਂਡ ਟਾਈ ਸਿੱਖ ਰੌਇਡਸ ਸੇਜ਼ ਕਾਂਗਰਸ ਇਸ ਐਮਪਾਰਕਿੰਗ ਔਨ ਨਿਆਇ ਯਾਤਰਾ ਆਫਟਰ ਪਰਪੀਟਰੇਟਿੰਗ ਐਨੀਵੇ ਆਫਟਰ ਪਰਪੀਟਰੇਟਿੰਗ ਨਿਆਇ ਹਮ ਕਿ ਜੀ ਉਹ ਹੁਣ ਨਿਆਇ ਯਾਤਰਾ ਤੇ ਨਿਕਲੇ ਨਹੀਂ ਤਾਂ ਖੁਦ ਨੇ ਆਏ ਕੀਤਾ ਦੇਖੋ ਨਵੰਬਰ 84 ਸਿੱਖਾਂ ਦੇ ਨਾਲ ਕੀ ਹੋਇਆ ਉਹਨੂੰ ਔਰ ਆਫ ਅ ਸਰਟਨ ਗੋਹਾਟੀ ਚ ਬੈਠੇ ਆ ਇਹਨਾਂ ਨੂੰ ਸਿੱਖ ਕਿੱਥੋਂ ਯਾਦ ਹੈ ਦਾ ਮਤਲਬ ਵੀ ਅਗੇਨ ਜਦੋਂ ਉਹਨਾਂ ਨੇ ਕਾਂਗਰਸ ਨੂੰ ਕਾਊਂਟਰ ਕਰਨਾ ਤੇ ਨਵੰਬਰ 84 ਹਾਲਾਂ ਕੋਈ ਇਹਨਾਂ ਨੂੰ ਪੁੱਛ ਸਕਦਾ ਹੈ ਕਿ ਉਸੇ ਹੀ ਨਵੰਬਰ 84 ਦੇ ਸਿੱਖ ਕਤਲੇਆਮ ਸਿੱਖ ਨਸਲ ਕੁਸ਼ੀ ਨੂੰ ਤੁਹਾਡੇ ਉਸ ਆਈਡੀਆਲੋਗ ਨੇ ਨਾਨਾ ਜੀ ਦੇਸ਼ਮੁਖ ਨੇ ਕਿਵੇਂ ਜਸਟੀਫਾਈ ਕੀਤਾ ਸੀ ਜਿਹਨੂੰ ਤੁਸੀਂ ਭਾਰਤ ਰਤਨ ਦਿੱਤਾ ਜੀ ਉਹਨੇ ਕਿਹਾ ਸੀ ਸਿੱਖਾਂ ਨੂੰ ਇਹ ਜ਼ਰੂਰੀ ਸੀ ਸਬਕ ਸਿਖਾਣਾ ਇਹ ਬੜੇ ਪੁੱਤਰੇ ਹੋਏ ਸੀ ਔਰ ਸਿੱਖਾਂ ਨੂੰ ਆਰਾਮ ਨਾਲ ਇਹਨੂੰ ਐਕਸੈਪਟ ਕਰਨਾ ਚਾਹੀਦਾ ਹੂੰ ਨਵੰਬਰ 84 ਦੀ ਸਿੱਖ ਨਸਲ 쿠ਸ਼ੀ ਚ ਇੱਕ ਵੱਡੀ ਗਿਣਤੀ ਜਿਹੜੀ ਆ ਉਹ ਆਰਐਸਐਸ ਦੇ ਬੰਦਿਆਂ ਦੇ ਵੀ ਸੀ ਜਿਨ੍ਹਾਂ ਨੂੰ ਵਾਜਪਾਈ ਦੀ ਸਰਕਾਰ ਵੇਲੇ ਕੇਸਾਂ ਤੋਂ ਲੰਬੇ ਕਰ ਦਿੱਤਾ ਗਿਆ ਔਰ ਇਹਦੇ باوجود ਕਿ ਇੰਨੇ ਕਮਿਸ਼ਨ ਇੰਨੇ ਦੂਜੇ ਬਣੇ ਨੇ ਹੁਣ ਤੱਕ ਅਸੀਂ ਦੇਖ ਰਿਹਾ ਕਿਸੇ ਦਾ ਕੀ ਵਿਗਾੜਿਆ ਕਿਉਂਕਿ ਇਸ ਮਾਮਲੇ ਚ ਏ ਕਾਹੂਟ ਨੇ ਔਰ ਇੰਦਰਾ ਗਾਂਧੀ ਨੂੰ ਦੁਰਗਾ ਦੇ ਅਵਤਾਰ ਤੋਂ ਲੈ ਕੇ ਔਰ ਬਾਕੀ ਸਾਰੇ ਤੱਕ ਕੌਣ ਉਹਦੇ ਲਈ ਜ਼ਿੰਮੇਵਾਰ ਹੈ ਸੋ ਆਲ ਆਫ ਅ ਸਡਨ ਇਹ ਪਾਰਟ ਫਿਰ ਅਸੀਂ ਦੇਖਦੇ ਹਾਂ ਕਿ ਰਾਜਨਾਥ ਸਿੰਘ ਪਾਰਲੀਮੈਂਟ ਚ ਖੜੋ ਕੇ ਹੂੰ ਜੋ ਸਿੱਖਾਂ ਦੇ ਤਾਰੀਫ ਦੇ ਕਸੀਦੇ ਪੜਨ ਲੱਗ ਜਾਂਦੇ ਨੇ ਆ ਕੁਛ ਦਿਨ ਪਹਿਲਾਂ ਦੀ ਗੱਲ ਹੈ ਆਲ ਆਫ ਅ ਸਡਨ ਆਇਆ ਵੀ ਰਾਜਨਾਥ ਸਿੰਘ ਨੂੰ ਐਸਾ ਕਿਹੜਾ ਨਜ਼ਰ ਆ ਗਿਆ ਕਿ ਵੀ ਉਹਦੇ ਲਈ ਫਿਰ ਅਸੀਂ ਦੇਖਦੇ ਹਾਂ ਨਿਤਨ ਗੜਕਰੀਜ਼ ਵਿਜ਼ਨ ਫਾਰ ਪੰਜਾਬ ਹੂੰ ਟਰੈਵਲ ਫਰੋਮ ਲੁਧਿਆਣਾ ਟੂ ਰੋਪੜ ਇਨ 1 ਆਵਰ ਡਰੋਨਸ ਫਾਰ ਫਾਰਮਰਸ ਸਟੇਟ ਟੂ ਬੀ ਹੱਬ ਆਫ ਹਾਈਡਰੋਜਨ ਲੇਜ਼ ਦਾ ਫਾਊਂਡੇਸ਼ਨ ਸਟੋਨਸ ਫਾਰ 29 ਹਾਈਵੇ ਪ੍ਰੋਜੈਕਟਸ ਵਰਥ ਰੁਪੀਸ 4000 ਕਰੋੜ ਹੁਣ ਪੰਜਾਬ ਆਇਆ ਹੋਇਆ ਨਿਤਨ ਗੜਕਰੀ ਜਲੰਧਰ ਹੁਸ਼ਿਆਰਪੁਰ ਚ 29 29 ਹਾਈਵੇ ਪ੍ਰੋਜੈਕਟਸ ਜਿਨ੍ਹਾਂ ਦੇ 4000 ਕਰੋੜ ਲੱਗਣਾ ਉਹ ਉਹਨਾਂ ਦੇ ਉਹ ਸੰਗੇ ਬੁਨਿਆਦ ਰੱਖ ਰਿਹਾ ਔਰ ਇਹ ਕਹਿ ਰਿਹਾ ਕਿ ਵੀ ਇਹ ਅਸੀਂ ਤਾਂ ਪੰਜਾਬ ਨੂੰ ਜਿਹੜਾ ਇਹ ਜੋੜ ਦਿਆਂਗੇ ਇਧਰ ਉਹਦੇ ਨਾਲ ਜੋੜ ਦਿਆਂਗੇ ਹਾਲਾਂ ਇਹ ਵੀ ਹੁਣ ਆ ਰਿਹਾ ਵੀ ਕਿਵੇਂ ਇਹ ਸਾਰਾ ਪ੍ਰੋਜੈਕਟ ਅਡਾਨੀ ਔਰ ਉਹ ਸਾਰੇ ਦੇ ਨਾਲ ਜੁੜਿਆ ਹੋਇਆ ਇਹਦੀ ਫੇਰ ਕਦੇ ਗੱਲ ਕਰਾਂਗੇ ਪਰ ਇੱਕ ਪਾਸੇ ਉਹਨਾਂ ਨੇ ਜਿਹੜਾ ਉਹ ਟੋਟਲ ਵਾਰ ਜਿਸ ਲੈਵਲ ਤੇ ਜਾ ਕੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਕਤਲੇਆਮ ਸਿੱਖਾਂ ਦਾ ਲਾਹੌਰ ਯੂਕੇ ਅਮਰੀਕਾ ਔਰ ਕੈਨੇਡਾ ਜਿਸ ਦੇ ਥੱਲੇ ਜਿਹੜਾ 5G ਕੰਟਰੀਜ਼ ਨੇ ਬਾਈ ਦਾ ਨੈਕ ਫੜਿਆ ਹੋਇਆ ਪਰ ਦੂਸਰੇ ਪਾਸੇ ਆਲ ਆਫ ਅ ਸਡਨ ਨਵੰਬਰ 84 ਹਾਈਵੇ ਸਿੱਖਾਂ ਦੀ ਤਾਰੀਫ਼ ਸਿੱਖ ਹੈ ਤਾਂ ਭਾਰਤ ਹੈ ਔਰ ਵੀਰਬਾਲ ਦਿਵਸ ਔਰ ਦੂਸਰਾ ਉਹ ਸਾਰੇ ਦੇ ਥੱਲੇ ਦੁਬਈ ਦੇ ਗੁਰਦੁਆਰੇ 'ਚ ਵੀਰਬਾਲ ਦਿਵਸ ਤੇ ਮੌਕੇ ਜਿਹੜਾ ਸੋ ਕਾਲਡ ਮੋਦੀ ਉਥੋਂ ਡਾਇਰੈਕਟ ਜਿਹੜਾ ਜ਼ੂਮ ਰਾਹੀਂ ਜਿਹੜਾ ਉਹ ਗੱਲਬਾਤ ਕਰ ਰਹੇ ਸੋ ਇਹ ਸਾਰੇ ਇਹਨਾਂ ਦੇ ਇਸ ਕਿਸਮ ਦੇ ਚੱਕਰ ਵਿਊ ਨੇ ਜਿਨ੍ਹਾਂ ਚ ਇੱਕ ਤਬਕਾ ਫਸਦਾ ਫਸਿਆ ਹੋਇਆ ਇੱਕ ਗਰਜ਼ਾ ਕਰਕੇ ਫਸਿਆ ਹੋਇਆ ਇੱਕ ਗਰੀਡ ਕਰਕੇ ਫਸਿਆ ਹੋਇਆ ਹੈ ਬਿਲਕੁਲ ਇਹ ਕੋਈ ਨਹੀਂ ਜਿਨ੍ਹਾਂ ਨੂੰ ਜਿਹੜਾ ਮਰਜੀ ਜਿੱਦਨ ਮਰਜੀ ਲੈ ਜਾਏ ਉਹ ਵਿਕਣ ਲਈ ਵੀ ਤਿਆਰ ਰਹਿੰਦੇ ਨੇ ਪਰ ਇਹ ਵੀ ਇੱਕ ਜਿਹੜੀ ਹੈ ਬlesing ਹੈ ਇਸ ਵੇਲੇ ਕਿ ਇੱਕ ਜਾਗਰੂਕ ਬਾਜਰਾ ਖਖਣ ਵਾਲਾ ਤਬਕਾ ਜਿਹੜਾ ਹੈ ਇਹਨਾਂ ਦੀ ਹਰ ਹਰਕਤ ਨੂੰ ਚੰਗੀ ਤਰ੍ਹਾਂ ਸਮਝਦਾ ਔਰ ਉਸ ਨੂੰ ਬੇਨਕਾਬ ਵੀ ਕਰਦਾ ਬਿਲਕੁਲ ਜੀ ਜੀ ਸਰ ਬਹੁਤ ਬਹੁਤ ਦਾਮ ਸਵਾਥ ਨਾਲ ਫ੍ਰੀਕ ਪਿਅਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆਫਟਰ ਦਿਸ ਸ਼ਾਰਟ ਫ੍ਰਾਈਟ